ਸਮਾਜਿਕ ਜਥੇਬੰਦੀਆਂ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਕਿਸਾਨ ਜਥੇਬੰਦੀਆਂ ਦੀ ਏਕਤਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਜੋ ਵੀ ਉਹਨਾਂ ਦੇ ਨਾਅਰੇ ਆਉਂਦੇ ਆ ਅਸੀਂ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਇੱਥੇ ਉਹਨਾਂ ਦੇ ਮੌਜੂਦ ਹਾਂ। ਕਿਸਾਨਾਂ ਵੱਲੋਂ ਹਰ ਤਾੜੀ ਨਿਕਲਿਆ ਲੱਗਦਾ ਇਹ ਸ਼ੋਰੂਮ ਜਿਹੜੇ ਜੀਓ ਦੇ ਬੰਦ ਕਰਨ ਨਾਲ ਕਿ ਕਿਸਾਨ ਅੰਦੋਲਨ ਜਿਸ ਸਿਖਰ ਤੇ ਪਹੁੰਚ ਚੁੱਕਾ ਇਸ ਤਰ੍ਹਾਂ ਦਾ ਅੰਦੋਲਨ ਸਾਡੇ ਦੇ ਠੀਕ ਥੋੜਾ ਬੋਲ ਸੀ ਤੁਹਾਡਾ ਇਹ ਸਾਡਾ ਸੱਭਿਆਚਾਰ ਤੇ ਸਾਹਿਤਕ ਸੰਸਥਾਵਾਂ ਵੱਲੋਂ ਜਿਹੜਾ ਕਿਸਾਨ ਆਗੂਆਂ ਨੂੰ ਲੈ ਕੇ ਇਹਨਾਂ ਦੇ ਹੱਕ 'ਚ ਇਹੀ ਜਿਹੜਾ ਅੰਬਾਨੀ ਤੇ ਅੰਦਾਨੀ ਦੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਦਾ ਬਾਈਕਾਟ ਕੀਤਾ। ਸਲੀਪ ਕਰ ਛੋ ਬੋਲੀ ਜਾਓ ਭਾਅ ਜੀ ਬੋਲੀ ਜਾਓ ਕੋਈ ਗੱਲ ਨਹੀਂ ਇਹਨਾਂ ਦਾ ਜਿਹੜਾ ਅਸੀਂ ਬਾਈਕਾਟ ਕਰ ਰਹੇ ਹਾਂ ਅਤੇ ਉਹ ਲੀਡਰਾਂ ਦਾ ਵੀ ਬਾਈਕਾਟ ਕਰ ਰਹੇ ਹਾਂ ਜਿਹੜੇ ਕਿਸਾਨਾਂ ਕਿਸਾਨ ਹੀ ਹੈ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਕਿਸਾਨੀ ਹੁੰਦੀ ਕੀ ਹੈ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਸਾਰੀ ਸੰਸਥਾਵਾਂ ਨੂੰ ਲੈ ਕੇ ਦੇਖੋ ਅਸੀਂ ਤਾਂ ਪਹਿਲਾਂ ਅੱਜ ਤੋਂ 2 ਮਹੀਨੇ ਤੋਂ ਪਹਿਲਾਂ ਤੁਰੇ ਹਾਂ ਅਸੀਂ ਕਿਸਾਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਆ ਅਤੇ ਇਹਨਾਂ ਨੂੰ ਅਸੀਂ ਪੈਸੇ ਇਕੱਠੇ ਕਰਕੇ ਚੈੱਕ ਵੀ ਦਿੱਤਾ ਕਿ ਜਿਹੜੇ ਲੋਕ ਉੱਥੇ ਸ਼ਹੀਦ ਹੋਇਆ ਸੀ ਲੜਕਾ ਜਿਹੜਾ ਟਰੈਕਟਰ ਚਲਾਉਂਦਾ ਉਹਨੂੰ 1 ਲੱਖ ਰੁਪਇਆ ਦੇ ਕੇ 1.25 ਲੱਖ ਦਾ ਚੈੱਕ ਦੇ ਕੇ ਇਹ ਕਿਸਾਨ ਯੂਨੀਅਨ ਵਾਲਿਆਂ ਨੂੰ ਹੁਣ ਅੱਗੇ ਵੀ ਜਿਹੜਾ ਇੱਥੇ ਦੇ ਜਿਹੜੇ ਲੀਡਰ ਜਿਹੜਾ ਗਲਤ ਬਿਆਨਬਾਜ਼ੀ ਕਰ ਰਹੇ ਨੇ ਚਾਹੇ ਰਜਿੰਦਰ ਮੋਹਨ ਸ਼ੀਨਾ ਹੋਵੇ ਚਾਹੇ ਸਵੇਤ ਮਲਿਕ ਹੋਵੇ ਚਾਹੇ ਅਨਿਲ ਜੋਸ਼ੀ ਹੋਵੇ ਅਨਿਲ ਜੋਸ਼ੀ ਨੇ ਬਦਵਾਸ ਗੱਲਾਂ ਕੀਤੀਆਂ ਨੇ ਕਿਸਾਨਾਂ ਦੇ ਪ੍ਰਤੀ ਅਸੀਂ ਇਹ ਫੈਸਲਾ ਕੀਤਾ ਅੱਜ ਬਹਿ ਕੇ ਉਹਦਾ ਵੀ ਘਿਰਾਓ ਕਰਾਂਗੇ ਉਹਦੀ ਕੋਠੀ ਦੇ ਬੋਰੇ ਅਤੇ ਰਜਿੰਦਰ ਮੋਹਨ ਮਸ਼ੀਨੇ ਦਾ ਵੀ ਜਿਹੜਾ ਖਾਲਸਾ ਕਾਲੋਨੀ ਉਹ RSS ਦਾ ਗੜ੍ਹ ਬਣਾਉਣ ਡਿਆ ਅਸੀਂ ਉਹਦਾ ਵੀ ਇੱਥੇ ਘਿਰਾਓ ਵੀ ਕਰਾਂਗੇ ਅਤੇ ਨਾਲ ਅਸੀਂ ਮੈਨੇਜਮੈਂਟ ਨੂੰ ਵੀ ਮਿਲਾਂਗੇ ਕਿ ਇਹਨੂੰ ਉੱਥੇ ਕੱਢਿਆ ਜਾਵੇ ਅਤੇ ਆਰਟ ਗੈਲਰੀ ਤੋਂ ਚੇਅਰਮੈਨ ਹੈ ਉੱਥੇ ਦੇ ਪ੍ਰਧਾਨ ਨੂੰ ਸ਼ਿਵਦੇਵ ਨੂੰ ਵੀ ਅਸੀਂ ਮਿਲਾਂਗੇ ਕਿ ਇਹਨੂੰ ਇੱਥੋਂ ਚੇਅਰਮੈਨ ਤੋਂ ਇੱਥੋਂ ਲਾਇਆ ਜਾਵੇ ਨਹੀਂ ਤਾਂ ਅਸੀਂ ਉਹਦੇ ਬੂਹੇ ਅੱਗੇ ਬਹਿ ਜਾਵਾਂਗੇ ਅਸੀਂ ਆਰਟ ਗੈਲਰੀ ਨਹੀਂ ਚੱਲਣ ਦੇਣੀ। ਮੀਟਿੰਗ ਦਾ ਕੀ ਮਕਸਦ ਸੀਗਾ ਜਿਹੜਾ ਰਾਮਦੇਵ ਸਟੋਰ ਜਾਂ ਕੋਈ BJP ਦੇ ਅਸੀਂ ਕਹਿੰਦੇ ਕਿ ਜਿਹੜੇ ਵੱਡੇ ਘਰਾਣੇ ਨੇ ਜਿਹੜੇ ਦੇਸ਼ ਨੂੰ ਲੁੱਟਣ ਡਏ ਨੇ ਜਾਂ ਪ੍ਰਾਈਮ ਮਿਨਿਸਟਰ ਜਾਂ ਜਿਹੜੀ BJP ਸਰਕਾਰ ਵੱਡੇ ਘਰਾਣਿਆਂ ਨੂੰ ਸਭ ਕੁਝ ਵੇਚ ਰਹੀ ਆ ਕਿਸਾਨਾਂ ਦਾ ਜਿਹੜਾ ਸਭ ਕੁਝ ਵੇਚ ਰਹੀ ਉਹਨਾਂ ਨੂੰ ਜਿਹੜਾ ਕਿਸਾਨਾਂ ਦੇ ਜਿਹੜੀ ਜ਼ਮੀਨ ਆ ਉਹਨੂੰ ਇਸ ਤਰੀਕੇ ਨਾਲ ਆਪਣੇ ਹੱਥੇ ਆਉਣ ਲੱਗੇ ਨੇ ਕਿ ਆਪ ਹੀ ਵਿੱਚ ਆਪ ਹੀ ਖੇਤੀ ਇਹਨਾਂ ਕੋਲ ਕਰਾਉਣੀ ਜਿਹੜੀ ਮਜ਼ਦੂਰੀ ਇਹ ਕਰਨਗੇ ਬੀਜਣਗੇ ਬੀਜ ਉਹ ਦੇਣਗੇ ਉਹਦੇ ਜਿਹੜੀ ਦਵਾਈਆਂ ਉਹ ਦੇਣਗੇ ਫਸਲ ਦਾ ਰੇਟ ਆਪ ਲਾਉਣਗੇ ਅਤੇ ਜਿਹੜਾ ਪਹਿਲਾਂ ਸੀ ਸਿਸਟਮ ਜਿਹੜਾ ਮੰਡੀ ਸਿਸਟਮ ਉਹਨੂੰ ਖਤਮ ਕਰ ਦੇਣਗੇ। ਪ੍ਰਾਈਵੇਟ ਜਦੋਂ ਆਏਗਾ ਰੇਟ ਆਪਣੇ ਮਰਜ਼ੀ ਨਾਲ ਆਏਗਾ ਪਹਿਲਾਂ ਆਏਗਾ ਤਾਂ ਉਹਨੇ ਪੂਰੇ ਰੇਟ ਲਾ ਦੇਣੇ ਜਦੋਂ ਜਦੋਂ ਜੀਓ ਆਈ ਸੀ ਪਹਿਲਾਂ ਉਹਨਾਂ ਕੋਈ ਰੇਟ ਹੀ ਨਹੀਂ ਲਾਇਆ ਇਸ ਤਰ੍ਹਾਂ ਇਹ ਕਰਨਗੇ ਪਹਿਲਾਂ ਆ ਕੇ ਰੇਟ ਵਧਾ ਦੇਣਗੇ ਅਤੇ ਜਦੋਂ ਦੂਜੀਆਂ ਭੱਜਣਗੀਆਂ ਤਾਂ ਉਦੋਂ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲੈਣਾ ਉੱਤੇ ਫਿਰ ਕਰਜ਼ਾ ਲੈਣਾ ਜ਼ਮੀਨ ਦੇ ਉੱਤੇ ਕਰਜ਼ਾ ਲੈ ਕੇ ਆਪਣੇ ਨਾਂ ਕਰਾ ਲੈਣਾ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਕਰ ਜੇ ਬਾਈ ਦੇ ਉਹ ਭੱਜਦੇ ਨੇ ਜਦੋਂ ਤਾਂ ਕਰਜ਼ਾ ਲਿਆ ਹੋਊਗਾ ਉਹ ਕਿਸਾਨ ਦੇਊਗਾ ਉਹ ਜਾਂ ਜਿੱਦਾਂ ਪਹਿਲਾਂ ਵੀ ਕੰਪਨੀਆਂ ਆਈਆਂ ਸੀ ਅਤੇ ਕਰਜ਼ਾ ਕਿਸਾਨਾਂ ਦੀ ਜ਼ਮੀਨਾਂ ਲੈ ਕੇ ਅਤੇ ਉੱਥੇ ਕਰਜ਼ਾ ਲੈ ਲਿਆ ਕਰਜ਼ਾ ਲੈ ਕੇ ਫਿਰ ਭੱਜ ਗਏ ਸੀ। ਅੱਜ ਕੀ ਫੈਸਲਾ ਲਿਆ ਗਿਆ ਅੱਜ ਦੀ ਮੀਟਿੰਗ ਦਾ? ਅਸੀਂ ਕਹਿੰਦੇ ਇਹਨਾਂ 'ਤੇ ਜਿੰਨੇ ਵੀ ਸਮਾਨ ਨੇ ਚਾਹੇ ਜੀਓ ਦਾ ਅਸੀਂ ਪਿੱਛੇ ਬੰਦ ਕਰਾ ਰਹੇ ਜੀਓ ਹੋਇਆ ਚਾਹੇ ਅੰਬਾਨੀ ਦਾ ਉਹ ਹੋਇਆ ਫੋਰਚੂਨਰ ਅੰਦਾਨੀ ਦਾ ਜਿਹੜਾ ਤੇਲ ਆ ਉਹ ਵੀ ਬੰਦ ਕਰਾਓ ਉਹ ਵੀ ਨਾ ਖਰੀਦੋ ਅਸੀਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਜਦੋਂ ਦੂਜਾ ਹੀ ਜਿਹੜਾ ਕਹਿ ਗਏ ਕਿਸਾਨ ਜਥੇਬੰਦੀਆਂ ਨੇ ਕਿ ਰਾਮਦੇਵ ਦਾ ਪਹਿਲਾਂ ਉਹਨਾਂ ਨੇ ਕੀਤਾ ਹੁਣ ਜੇ ਸਟੇਟ ਤੋਂ ਆਉਂਦਾ ਉਹਨਾਂ ਨੂੰ ਕਿ ਹਾਂ ਇਹਦਾ ਵੀ ਬਾਈਕਾਟ ਕਰੋ ਉਹਦਾ ਵੀ ਬਾਈਕਾਟ ਕਰੋ। ਅੱਜ ਕਿੰਨਾਂ ਵੱਲੋਂ ਮੀਟਿੰਗ ਕੀਤੀ? ਅਸੀਂ ਸਾਰੀ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਕਿ ਅਸੀਂ ਤੁਹਾਡੇ ਨਾਲ ਅਸੀਂ ਸੱਭਿਆਚਾਰ ਅਤੇ ਜਿਹੜੇ ਮੁਹੱਲੇ ਦੇ ਵੈਲਫੇਅਰ ਸੁਸਾਇਟੀਆਂ ਨੇ ਜਿਸ ਤਰ੍ਹਾਂ ਰਣਜੀਤ ਐਵਨਿਊ ਦੇ 3 ਬਲਾਕ ਆਏ ਸੀ ਉਹਨਾਂ ਦੇ 3 ਪ੍ਰਧਾਨ ਵਾਈਸ ਪ੍ਰਧਾਨ ਸਾਰੇ ਆਏ ਸੀ ਅਸੀਂ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਅਤੇ ਸੱਭਿਆਚਾਰ ਸੰਸਥਾ ਵੱਲੋਂ ਅਤੇ ਸਹਿਤ ਸੰਸਥਾਵਾਂ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਵੀ ਆ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਵੀ ਆ ਵੈਲਫੇਅਰ ਸੁਸਾਇਟੀ ਵੱਲੋਂ ਵੀ ਅਸੀਂ ਇਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਅਸੀਂ ਤੁਹਾਡਾ ਸਾਥ ਕਰਾਂਗੇ ਅਸੀਂ ਤੁਹਾਡੇ ਨਾਲ ਚੱਲਾਂਗੇ। ਹਾਂਜੀ ਆਪਣਾ ਨਾਮ ਔਰ ਡੈਜੀਨੇਸ਼ਨ ਦੱਸ ਕੇ ਅੱਜ ਦਾ ਤੁਸੀਂ ਮੀਟਿੰਗ ਕੀਤੀ ਕੀ ਮੀਟਿੰਗ ਦਾ ਮਕਸਦ ਕੀ? ਮੇਰਾ ਨਾਂ ਜੀ ਹਰਜੀਤ ਸਿੰਘ ਚੀਤਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰੈਸ ਸਕੱਤਰ ਹੈ ਜੀ। ਇਹ ਸਾਡਾ ਅੱਜ ਮੇਨ ਮਕਸਦ ਇਹ ਸੀ ਸੱਭਿਆਚਾਰ ਅਤੇ ਸਾਹਿਤ ਅਕੈਡਮੀ ਸਾਡੇ ਨਾਲ ਆ
इन्हों ने पूर्ण समर्थन दिता साडा जथेबंदियां दा जो साडे पहलों प्रोग्राम चल रहे आ हुण वी जिहड़े साडे मतलब बीजेपी दे लीडर असीं इह कहता कीता वी जिहड़े बाहर घूम रहे आ जां मतलब एक हिसाब दा अनाप शवाप मतलब गलबात कर रहे आ वो कोई किसानां दे उल्ट गल्लां बातां कर रहे आ इस करके असीं उन्हां दा घराओ करांगे आने वाले समय च रल के सारे जणे ते बीजेपी दे जिहड़े लीडर आ इन्हां नूं घरों निकलना बिहार करांगे कोई भी प्रोग्राम नहीं इन्हां नूं करन देवांगे इस तों अगे जिहड़ा साडा गाड़ी अंबानी अडानी दे जो भी प्रोडक्ट आ अमृतसर दे विच जिथे भी कोई मॉल अज तक खुल्ला वा उहनूं बंद करांगे बाबे रामदेव दा जिदा साडा 30 जथेबंदियां नूं आया पिछों भी बाबे रामदेव दे जिन्ने भी प्रोडक्ट उहनां दे दुकानां वा उहनां नूं बंद कीता जावे उह असीं जो भी तो सुनेहा आउंदा वा उहदे मुताबिक अहीं चलांगे जो भी बाकी 30 जथेबंदियां तों सुनेहा आउंदा इह साडे नाल पूर्ण समर्थन ते दे रहे आ ते असीं आस करदे आ भी असीं रल मिल के चलांगे अज भी साडे नाल कोई भी वर्ग इहो जिहा रहि नहीं गिआ जिहड़ा नाल नहीं हैगा हर कोई वर्ग अज कल बीजेपी दे उल्ट चल रहा वा बीजेपी कल्ली पै गई आ बाकी सारी दुनिया ही जिहड़े किसानां दे नाल खड़ गई आ क्यों इह जिहड़ा मसला वा इस समुची मानवता का मसला वा यह कला किसान का नहीं मसला ये जिहड़ियां नीतियां वा कारपोरेटर घराणे के करके लेके आए कारपोरेटर घराणे नूं फायदा देने की गल कर रहे हैं कारपोरेटर घराणे नूं देश वेचण की गल कर रहे हैं अज देश सारा विक गया रह की गया मतलब इस करके सारे एकजुटता होकर अपने देश की बचाउण की गल कर रहे हैं सो असी धन्नवादी हाँ सारयां दे जिन्हां ने साडा साथ दे के पूरन ते मतलब जो भी अमृतसर का प्रोग्राम आउंदा असीं रल मिल के चलांगे वी तो बाद असीं प्रोग्राम कढ़ांगे सुप्रीम कोर्ट ने अज फैसला लिया की कहना चाहते देखो सुप्रीम कोर्ट के फैसले तो असी जिहड़ा आया उन्हों का फैसला विच पांच मैंबरी कमेटी का आया फैसला जो मतलब बिक उन्होंने करांगे पर असी कोई वेखो उन्होंने एजिटेशन दे विचों किसी बंदे ने उत्थे अपील पाई सी उहदी आई है गलबात असी उहदे ते बहुता नहीं कह सकते कुछ सुप्रीम कोर्ट का कोई अपना फैसला हो सकता बाकी असी जे किसानां दी एजिटेशन की गल करिए असी पूरन उहदे विच समर्थन आ सुप्रीम कोर्ट के जी बार एसोसीएशन उन्हों का पूरा समर्थन है जो उत्थे फैसला होगा सुप्रीम कोर्ट का सिरे मत्थे प्रवान करांगे कोई गल नहीं जी।